ਵੀਰ ਬਹੁਤ ਹੀ ਸਤਿਕਾਰਯੋਗ ਚੰਨੀ ਗੁਲਭਰੀਆ, ਕਿਆ ਬਾਤ ਹੈ ਜੀ। ਇੰਗਲੈਂਡ ਦੇ ਵਿੱਚ ਨੇ, ਯੂਨਾਈਟਡ ਕਿੰਗਡਮ ਦੇ ਵਿੱਚ ਨੇ, ਉਹਨਾਂ ਦੇ ਵੱਲੋਂ 500 ਰੁਪਈਆ ਦਾਤਿਆਂ ਦੀ ਛਿੰਦ ਇੱਧਰ ਬੱਲੇ 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 ਕੁਛ ਵੀ ਫੜਿਆ ਪੱਟੀ ਹੋਈ ਖੁੱਚ ਕਿ ਖੁੱਚ ਪੱਟਣੀ ਤੇ ਬੜੀ ਔਖੀ ਹੁੰਦੀ ਮਾਰਨੀ ਢਾਕ ਮਿੱਤਰੋ ਮੁਕਾਬਲਾ ਉੱਪਰਲੇ ਪਾਸੇ ਆ ਪ੍ਰਿਤ ਬਾਲ ਫਗਵਾੜਾ ਹੇਠਲੇ ਪਾਸੇ ਬਈ ਤਾੜੀਆਂ ਜ਼ੋਰ ਦੇ ਮਾਰਦੇ ਕੁਆਰੀ ਪ੍ਰਿਤਪਾਲ ਕਹਿੰਦੇ ਪ੍ਰਿਤਪਾਲ ਫਗਵਾੜਾ ਯਾਰੋ ਚਾਰ ਮੈਂ ਪਾਰਾ ਵੱਡੇ ਵੱਡੇ ਪਹਿਲਵਾਨਾਂ ਨੂੰ ਪਾਲ ਯੂਕੇ ਵਾਲਾ ਕਹਿੰਦਾ ਹੁਣ ਰੋਕੂਗਾ ਤੂਫਾਨਾਂ ਨੂੰ ਹੁਣ ਰੋਕੂਗਾ ਤੂਫਾਨਾਂ ਨੂੰ ਪਾਲ ਰਗੜਾ ਟਹਾ ਇੱਕ ਵਾਰ ਸੰਗਤ ਜੀ ਇੱਕ ਵਾਰ ਜ਼ੋਰ ਸ਼ੋਰ ਦੇ ਨਾਲ ਤਾੜੀ ਲਗਾ ਦਿਓ ਲੱਖ ਦਾਤੇ ਦੇ ਨਾਂ ਤੇ ਲਓ ਜੀ ਜੋ ਸਮਾਂ ਪ੍ਰਬੰਧਕ ਕਮੇਟੀ ਨੇ ਦਿੱਤਾ ਸਿੱਧਾ ਜੋਗਾ ਸਿੰਘ ਜੀ ਸਮਾਂ ਜਿਹੜਾ 3 ਮਿੰਟ ਦਾ ਉਹ ਵੀ ਸਮਾਪਤ ਹੋ ਗਿਆ ਕਿਉਂਕਿ ਸੰਗਤਾਂ ਸਾਰੀ ਸੰਗਤ ਨੂੰ ਬੇਨਤੀ ਇੱਕ ਵਾਰੀ ਲੱਖ ਦਾਤੇ ਦੇ ਨਾਂ ਤੇ ਖਿੱਚ ਕੇ ਤਾੜੀਆਂ ਮਾਰੋ ਵਾਹ ਜੀ ਵਾਹ ਕਿਉਂਕਿ ਭਲਵਾਨੀ ਕਰਨੀ ਭਗਤੀ ਕਰਨੀ ਬੜੀ ਤਪੱਸਿਆ ਵਾਲੀ ਗੱਲ ਹੈ ਆਪਾਂ ਬਾਹਰੋਂ ਕਹਿ ਦੇਣੇ 1 ਮਿੰਟ ਦੇ ਅੰਦਰ ਦਾ 1 ਮਿੰਟ ਘੰਟੇ ਵਾਂਗੂ ਲੰਘਦਾ ਇੰਨਾ ਜ਼ੋਰ ਲੱਗਦਾ ਭਲਵਾਨਾਂ ਦਾ ਹੁਣ ਜੋ ਕਮੇਟੀ ਦਾ ਠੀਕ ਆ ਜੀ ਇਹ ਕੁਸ਼ਤੀ ਜਿਹੜੀ ਆ ਬਰਾਬਰ ਜਿਹੜੀ ਕੋਸ਼ਿਸ਼ ਜਿਹੜੀ ਹੈਗੀ ਹੈ ਕਿੰਦੀ ਕਰ ਲੈ।